ਗੁਰੂ ਸਵਰਿਓ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਨਾਮਦੇਵ ਦੇ ਪਿੰਡ ਤੋਂ ਹੁੰਦਿਆਂ ਭਗਤ ਤ੍ਰिलोचन ਜੀ ਦੇ ਪਿੰਡ ਬਾਰਸੀ ਪਹੁੰਚੇ ਜਿਨ੍ਹਾਂ ਨੇ ਆਪਣੇ ਸਮੇਂ ਜਾਤ ਪਾਤ ਵਰਮਾ ਭਰਮਾ ਦੇ ਵਿਰੁੱਧ ਡਟ ਕੇ ਜਗਤ ਵਿੱਚ ਪ੍ਰਚਾਰ ਕੀਤਾ ਤੇ ਪਰਮੇਸ਼ਵਰ ਦੇ ਨਾਮ ਨੂੰ ਰਿਦੈ ਦਾ ਆਧਾਰ ਬਣਾ ਕੇ ਆਪਣੇ ਇਲਾਕਾ ਨਿਵਾਸੀਆਂ ਦੇ ਲਈ ਇੱਕ ਬਾਕਮਾਲ ਉਦਾਹਰਣ ਪੇਸ਼ ਕੀਤੀ ਸੀ ਸਤਗੁਰੂ ਜੀ ਬਾਰਸੀ ਤੋਂ ਨਾਂਦੇੜ 나ਸਿਕ ਪੂਨਾ ਫੇਰ ਤਾਪਤੀ ਦਰਿਆ ਦੇ ਕਿਨਾਰੇ ਓਮਕਾਰ ਈਸ਼ਵਰ ਪਹੁੰਚੇ ਜਿੱਥੇ ਸਤਗੁਰਾਂ ਨੇ ਦੱਖਣੀ ਓਮਕਾਰ ਦੀ ਬਾਣੀ ਦਾ ਉਚਾਰਨ ਵੀ ਕੀਤਾ ਜੋ ਤੰਤਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਓਮਕਾਰ ਈਸ਼ਵਰ ਤੋਂ ਹੁੰਦਿਆਂ ਸੱਚੇ ਪਾਤਸ਼ਾਹ ਜੀ ਉਜੈਨ ਇੰਦੌਰ ਇੱਥੋਂ ਫੇਰ ਸੂਰਾਸ਼ਟਰ ਵੱਲ ਚਲਪੇ ਉੱਥੋਂ ਸਤਗੁਰੂ ਜੀ ਬੜੋਦਾ ਅਹਮਦਾਬਾਦ ਹੁੰਦਿਆਂ ਭਾਵਨਗਰ ਪਹੁੰਚੇ ਜਿੱਥੇ ਜੈਨੀਆਂ ਦਾ ਬਹੁਤ ਵੱਡਾ ਸਥਾਨ ਹੈ ਇਹ ਸਾਰਾ ਇਲਾਕਾ ਇਹਨਾਂ ਜੈਨੀਆਂ ਤੋਂ ਪ੍ਰਭਾਵਿਤ ਸੀ ਸਤਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਹੁੰਦਿਆਂ ਸੋਮਨਾਥ ਜੂਨਾਗੜ ਗਿਰਨਾਰ ਪੋਰ ਬੰਦਰ ਦਵਰਵਤੀ ਤੇ ਦਵਾਰਕਾ ਪਹੁੰਚੇ ਰਾਹ ਦੇ ਵਿੱਚ ਮਨੁੱਖਤਾ ਨੂੰ ਪੱਥਰ ਪੂਜਾ ਤੇ ਮੂਰਤੀ ਪੂਜਾ ਤੋਂ ਵਰਜਦੇ ਰਹੇ ਕਿਉਂਕਿ ਪੱਥਰ ਦਾ ਕੋਈ ਸਰੂਪ ਘੜ ਕੇ ਜਿੱਥੇ ਮਰਜੀ ਟਿਕਾ ਲੈਣਾ ਤੇ ਉਥੇ ਪੂਜਾ ਸ਼ੁਰੂ ਕਰ ਦੇਣੀ ਨਾਮ ਤੋਂ ਹੀ ਨੇ ਜੀਵਨ ਦਾ ਐਸੇ ਮਨੁੱਖ ਜੋ ਅਗਿਆਨਤਾ ਦੇ ਹਨੇਰੇ ਵਿੱਚ ਜੀ ਰਹੇ ਨੇ ਉਸ ਸਮੇਂ ਵੀ ਐਸਾ ਆਮ ਤੌਰ ਤੇ ਸੁਭਾਅ ਸੀ ਸੋ ਸਤਗੁਰਾਂ ਨੇ ਮੂਰਤੀ ਪੂਜਾ ਦੀ ਡਟ ਕੇ ਵਿਰੋਧਤਾ ਕੀਤੀ ਤੇ ਇਲਾਕਾ ਨਿਵਾਸੀਆਂ ਨੂੰ ਗੁਰ ਸ਼ਬਦ ਦੇ ਲੜਲਾ ਜੈਨੀਆਂ ਨੂੰ ਸਤਿਗੁਰਾਂ ਨੇ ਵਿਚਾਰ ਚਰਚਾ ਦੇ ਵਿੱਚ ਇਹ ਗੱਲ ਸਮਝਾਉਣੀ ਕੀਤੀ ਜਿਨ੍ਹਾਂ ਨੇ ਕਈ ਪ੍ਰਕਾਰ ਦੇ ਵਰਤ ਰੱਖੇ ਸਨ ਵਰਿਆਂ ਬੱਦੀ ਪਿੰਡੇ ਤੇ ਇਸ਼ਨਾਨ ਨਹੀਂ ਕਰਨਾ ਕਿ ਜਲ ਦੇ ਵਿੱਚ ਜੀਵ ਹੁੰਦੇ ਨੇ ਆਪਣੇ ਸਰੀਰ ਦੀ ਸਫਾਈ ਤੋਂ ਇਸ ਕਰਕੇ ਆਪਣੇ ਜੀਵਨ ਨੂੰ ਗੰਧਲਾ ਕੀਤਾ ਹੋਇਆ ਸੀ ਜਿਨ੍ਹਾਂ ਦੇ ਸਰੀਰ ਵਿੱਚੋਂ ਦੁਰਗੰਧ ਆਉਂਦੀ ਸੀ ਕਈਆਂ ਨੇ ਇਸ਼ਨਾਨ ਦਾ ਵਰਤ ਕਈਆਂ ਨੇ ਚੁੱਪ ਰਹਿਣ ਦਾ ਵਰਤ ਰੱਖਿਆ ਹੋਇਆ ਸੀ ਭੋਜਨ ਪ੍ਰਸ਼ਾਦੇ ਦੀ ਕਈ ਪ੍ਰਕਾਰ ਦੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿਨ੍ਹਾਂ ਦੀ ਲੋੜ ਨਹੀਂ ਸੀ ਉਹ ਵੀ ਕਰਮकांड ਆਪਣੇ ਜੀਵਨ ਵਿੱਚ ਸ਼ਾਮਲ ਕੀਤੇ ਹੋਏ ਸਨ ਆਪਣੇ ਹੱਥੀ ਕੋਈ ਕਿਰਤਕਾਰ ਨਹੀਂ ਸੰਕਰਦੇ ਮੰਗ ਤੰਗ ਕੇ ਗੁਜ਼ਾਰਾ ਕਰਦੇ ਸਨ ਸਮਾਜ ਤੋਂ ਮੁਨਕਰ ਸਨ ਸਤਗੁਰਾਂ ਨੇ ਐਸੇ ਸਰੇਵੜਿਆਂ ਨੂੰ ਦੁਰਮਤ ਦਾ ਮਾਰਗ ਤਿਆਗ ਕੇ ਗੁਰਮਤ ਦੇ ਮਾਰਗ ਤੇ ਟੁਰਨ ਦੀ ਪ੍ਰੇਰਣਾ ਦਿੱਤੀ ਜਿਹੜੇ ਉਹਨਾਂ ਦੇ ਰਿਦੈ ਵਿੱਚ ਭਲੇਖੇ ਪਾਲ ਰਹੇ ਸਨ ਕਿ ਪਾਣੀ ਦਾ ਵਰਤਣਾ ਇੱਕ ਪ੍ਰਕਾਰ ਦੀ ਹਿੰਸਾ ਹੈ ਕਈ ਪ੍ਰਕਾਰ ਦੇ ਨਿੱਕੇ ਨਿੱਕੇ ਜੀਵ ਮਰ ਜਾਂਦੇ ਹਨ ਜਾਂ ਹੋਰ ਕਈ ਪ੍ਰਕਾਰ ਦੇ ਐਸੇ ਭਲੇਖੇ ਮਹਾਰਾਜ ਨੇ ਬਾਣੀ ਦੀਆਂ ਇਹਨਾਂ ਪਾਵਨ ਪੰਕਤੀਆਂ ਦੇ ਰਾਹੀਂ ਦੂਰ ਕਰਨ ਦਾ ਯਤਨ ਕੀਤਾ ਸਤਿਗੁਰਾਂ ਦਾ ਇਹ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਸਰੇਵੜਿਆਂ ਨੂੰ ਸਮਝਾਉਂਦਿਆਂ ਇਹ ਸਮੁੱਚੇ ਜਗਤ ਨੂੰ ਉਪਦੇਸ਼ ਗੁਰੂ ਨਾਨਕ ਸਾਹਿਬ ਦਾ ਸਿਰਖੁ ਹਾਏ ਪੀਐ ਮਲਵਾਨੀ ਝੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹਲੈਨ ਪੜਾਸਾ ਪਾਣੀ ਦੇਖ ਸਗਾਹੀ ਸਤਗੁਰਾਂ ਨੇ ਕਿਹਾ ਉਹਨਾਂ ਦੇ ਸਿਰ ਵਿੱਚ ਬੁੱਕਾਂ ਸਵਾਹ ਦੀਆਂ ਜੋ ਇਹਨਾਂ ਕਰਮਾ ਤੇ ਯਕੀਨ ਰੱਖਦੇ ਹਨ ਸੱਤ ਚੱਟੇ ਸਿਰ ਛਾਈ ਉੱਥੇ ਹੀ ਨਾਲ ਸਤਗੁਰਾਂ ਨੇ ਸ਼ਿਵ ਭਗਤ ਜਿਨ੍ਹਾਂ ਨੂੰ ਚਾਰ ਵਾਕੀਏ ਆਖਦੇ ਆ ਜੋ ਸ਼ਿਵ ਦੇ ਇਸਤਰੀ ਰੂਪ ਦੇ ਪੂਜਕ ਹਨ ਇਹਨਾਂ ਨੂੰ ਪੰਜ ਮਕਾਰੀਏ ਵੀ ਕਿਹਾ ਜਾਂਦਾ ਪਾਉ ਜੋ ਕੇਵਲ ਧਰਮ ਦੇ ਨਾਂ ਤੇ ਕਈ ਪ੍ਰਕਾਰ ਦੇ ਭਲੇਖੇ ਪਾ ਬੈਠੇ ਸਨ ਗੁਰੂ ਸਾਹਿਬ ਨੇ ਸ਼ੁਭ ਕਰਮ ਕਰਨ ਦਾ ਅਮਲੀ ਜੀਵਨ ਜਿਉਣ ਦਾ ਮਾਰਗ ਦਰਸਾਇਆ ਸਰੇਵਣਿਆਂ ਅਤੇ ਚਾਰ ਵਾਕੀਆਂ ਨੂੰ ਸਿੱਧੇ ਰਾਹ ਪਾਉਣ ਤੋਂ ਬਾਅਦ ਰਾਜਸਥਾਨ ਦਾ ਇਲਾਕਾ ਭਗਤ ਤੰਨਾ ਜੀ ਜਿੱਥੇ ਪਰਮੇਸ਼ਵਰ ਦੇ ਨਾਮ ਦੀ ਸ਼ਰਧਾ ਵਸੋ ਕੇ ਭਗਤੀ ਕੀਤੀ ਲਗਭਗ ਉਹਨਾਂ ਦੀ ਉਮਰ ਉਸ ਵੇਲੇ 92 ਕੋਸਾਲ ਦੀ ਸੀ ਉਹਨਾਂ ਦੇ ਤਿੰਨ ਸ਼ਬਦ ਸਤਗੁਰਾਂ ਦੀ ਬਾਣੀ ਵਿੱਚ ਦਰਜ ਨੇ ਜੋ ਸਤਗੁਰਾਂ ਨੇ ਆਪ ਇਕੱਤਰ ਕੀਤੇ ਸਨ ਇੱਥੇ ਇਸ ਗੱਲ ਦਾ ਭੁਲੇਖਾ ਦੂਰ ਕਰਨਾ ਵੀ ਉਚਿਤ ਹੋਏਗਾ ਕਿ ਭਗਤ ਧੰਨੇ ਨੇ ਪੱਥਰ ਦੇ ਵਿੱਚੋਂ ਰੱਬ ਦੀ ਪ੍ਰਾਪਤੀ ਕੀਤੀ ਜਦੋਂ ਉਹਨਾਂ ਦਾ ਜੀਵਨ ਪੜ੍ਹੀਏ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਵਿਚਾਰ ਕਰੀਏ ਤੇ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਧੰਨੇ ਨੇ ਪੱਥਰ ਵਿੱਚੋਂ ਰੱਬ ਨਹੀਂ ਪਾਇਆ ਸਗੋਂ ਬਖਸ਼ਿਆਂ ਦੀ ਸੰਗਤ ਕੀਤੇ ਆ। ਭਗਤ ਧੰਨਾ ਜੀ ਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋਈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਧੰਨਾ ਜੀ ਨੂੰ ਸਤਕਾਰ ਦਿੰਦੇ ਆ। ਆਦਰ ਬਖਸ਼ਿਸ਼ ਕਰਦੇ ਆ ਇਹ ਬਚਨ ਉਚਾਰਨ ਕੀਤੇ। ਧੰਨਾ ਸੇਵਿਆ ਬਾਲ ਬੁੱਧ। ਭਗਤ ਧੰਨਾ ਜੀ ਨੂੰ ਕਿਵੇਂ ਰੱਬ ਦੀ ਪ੍ਰਾਪਤੀ ਹੋਈ? ਉਹਨਾਂ ਦੇ ਬਾਲ ਸੁਭਾਅ ਕਰਕੇ ਕਿਉਂਕਿ ਬਾਲਕ ਦਾ ਰਿਦਾ ਨੈ ਕਪਟ ਹੁੰਦਾ ਹੈ ਨੈ ਕਲੰਕੀ ਹੁੰਦਾ ਹੈ ਬਾਲਕ ਨਿਸ਼ਕਾਮ ਹੁੰਦਾ ਹੈ ਇਹਨਾਂ ਬੁਰਾਈਆਂ ਤੋਂ ਬਾਲਕ ਬਚਿਆ ਕਿਉਂਕਿ ਬੱਚਾ ਜੋ ਹੈ ਆਮ ਤੌਰ ਤੇ ਆਖਦੇ ਨੇ ਬੱਚਾ ਰੱਬ ਦਾ ਰੂਪ ਹੈ ਇਸ ਲਈ ਕਿਹਾ ਜਾਂਦਾ ਹੈ ਜਿਉਂ-ਜਿਉਂ ਮਨੁੱਖ ਦੀ ਉਮਰ ਵਧਦੀ ਹੈ ਚਤੁਰਾਈ ਸਿਆਣਪ ਆਦਕ ਹਿਰਦੇ ਅੰਦਰ ਆਣ ਵਸਦੀਆਂ ਨੇ ਜਦੋਂ ਤੱਕ ਮਤ ਬਾਲਗ ਦੀ ਨਹੀਂ ਆਈ ਸਤਿਗੁਰੂ ਸਦਾ ਨੇੜੇ ਹੋ ਕੇ ਵਰਤਦੇ ਨੇ ਪੰਚਮ ਪਾਤਸ਼ਾਹ ਦਾ ਪਾਵਨ ਬਚਨ ਚਤੁਰਾਈ ਸਿਆਣਪਾਂ ਕਿੱਤੇ ਕੰਮ ਨ ਆਈਐ ਟੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲਖ ਕਰਮ ਕਮਾਈਐ ਕਿਛ ਪਵੈ ਨ ਬੰਧਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਤੰਦਾ ਚਤੁਰਾਈ ਨ ਚਤੁਰ ਪੁਜ ਪਾਈਐ ਉਹ ਸੋਣਾ ਰੱਬ ਜੋ ਦੀਨ ਦੁਨੀ ਦਾ ਮਾਲਕ ਹੈ ਚਤੁਰ ਸਿਆਣੇ ਤੋਂ ਵੀ ਵੱਧ ਸਿਆਣਾ ਹੈ ਸਾਰੇ ਸੰਸਾਰ ਦੇ ਜਗਤ ਜੀਵਾਂ ਨੂੰ ਮਤ ਬੁੱਧ ਦੇਣ ਵਾਲਾ ਹੈ ਪਲਾਉ ਉਹ ਸਾਡੀਆਂ ਚਤੁਰਾਈਆਂ ਸਿਆਣਪਾਂ ਦੇ ਨਾਲ ਕਿਵੇਂ ਵੱਸ ਆ ਸਕਦਾ ਹੈ ਇੱਥੇ ਤਾਂ ਪੂਰਨ ਤੌਰ ਤੇ ਆਤਮ ਸਮਰਪਣ ਕਰ ਦਈ ਹੈ ਮੈਂ ਨਾਹੀਂ ਕਿਛ ਖਾਉ ਨਾਹੀਂ ਕਿਛ ਆਹੇ ਨਾ ਮੋਰਾ ਔਸਰ ਲਜਾ ρακ लेहो ਸਧਨਾ ਜਨ ਤੋਰਾ ਇੱਥੇ ਦਾ ਖੇਡ ਤਾਂ ਵਰਤਣੀ ਐ ਜਦੋਂ ਰਿਧੈ ਇਹ ਭਾਉ ਪ੍ਰਗਟ ਹੋ ਗਿਆ ਹਉ ਆਪੋ ਹਉ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀਓ ਐਸੇ ਲਈ ਪੰਥਕ ਵਿਦਵਾਨਾਂ ਨੇ ਜਿਨ੍ਹਾਂ ਨੇ ਅਰਦਾਸ ਦਾ ਖਰੜਾ ਤਿਆਰ ਕੀਤਾ ਨਾ ਗੁਰੂ ਦਾ ਸਿੱਖ ਜਦੋਂ ਪੰਥਕ ਅਰਦਾਸ ਦੇ ਵਿੱਚ ਸ਼ਾਮਲ ਹੁੰਦਾ ਹੈ ਆਮ ਤੌਰ ਤੇ ਅਰਦਾਸ ਲਈ ਸਾਵਧਾਨ ਹੁੰਦਿਆਂ ਇੱਕ ਸ਼ਬਦ ਪੜ੍ਹਿਆ ਜਾਂਦਾ ਜੋ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀ ਚੌਥੀ ਅਸ਼ਟਪਦੀ ਦਾ 8ਵਾਂ ਪਦਾ ਹੈ ਤੂ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਹੁਣ ਇਹ ਬਚਨ ਕਿਹੜੀ ਉਮੰਗ ਨੂੰ ਪ੍ਰਗਟ ਕਰਦੇ ਨੇ ਕਿਹੜੀ ਭਾਵਨਾ ਨੂੰ ਬਿਆਨ ਕਰਦੇ ਨੇ ਪ੍ਰਮਾਤਮਾ ਤੂੰ ਸਾਡਾ ਮਾਤ ਪਿਤਾ ਹੈ ਅਸੀਂ ਤੇਰੇ ਬਾਲਗ ਦੀ ਨਿਆਈ ਹੁਣ ਜਦੋਂ ਦੁਇ ਕਰ ਜੋੜ ਅਰਦਾਸ ਦੇ ਵਿੱਚ ਸ਼ਾਮਲ ਹੁੰਨੇ ਆ ਬਾਲਕ ਬਨ ਕੇ ਗੁਰੂ ਦੇ ਚਰਨਾਂ ਵਿੱਚੋਂ ਮੰਗਨੇ ਆ ਤੇ ਉਹ ਕਿਹੜਾ ਬਾਪ ਹੈ ਜਿਹੜਾ ਆਪਣੇ ਬਾਲਕ ਦੀ ਅਰਜ਼ੋਈ ਪ੍ਰਾਰਥਨਾ ਨਾ ਸੁਣੇ ਸਤਗੁਰੂ ਦੇ ਧੀਆ ਪੁੱਤਰ ਬਣ ਕੇ ਮੰਗੀਏ ਜੀਵਨ ਦੇ ਸਾਰੇ ਕਾਰਜ ਰਾਸ ਹੋਣਗੇ ਇਸੇ ਲਈ ਬਾਬਾ ਜੀ ਨੇ ਬਚਨ ਕੀਤਾ ਧੰਨੇ ਸੇਵਿਆ ਬਾਲ ਬੁੱਧ ਭਗਤ ਅੰਨਾ ਜੀ ਆਪਣੇ ਕੋਲ ਆਏ ਗਏ ਜੀਵ ਅਭਿਆਗਤ ਤੇ ਲੋੜਵੰਦ ਦੀ ਰਬ ਰੂਪ ਜਾਣ ਕੇ ਸੇਵਾ ਕਰਦੇ ਸਨ ਇਸੇ ਲਈ ਦਰਗਾਹ ਵਿੱਚ ਪ੍ਰਵਾਨ ਹੋਏ ਸਦਾ ਲਈ ਧੰਨ 시 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਥਾਂ ਮਿਲ ਗਈ। ਤੁਹਾਨ ਪਿੰਡ ਵਿੱਚ ਭਗਤ ਧੰਨਾ ਜੀ ਨੂੰ ਮਿਲ ਕੇ ਸਤਿਗੁਰੂ ਜੀ ਬੂੰਦੀ ਕੋਟਾ ਤੋਂ ਹੁੰਦਿਆਂ ਸ਼ਿਵਪੁਰ ਪਹੁੰਚੇ ਇੱਥੇ ਵੀ ਸਤਿਗੁਰਾਂ ਦੀ ਯਾਦ ਵਿੱਚ ਗੁਰੂ ਘਰ ਬਿਰਾਜਮਾਨ ਹੈ। ਉੱਥੋਂ ਸਤਿਗੁਰੂ ਜੀ ਗਵਾਲੀਅਰ ਫਿਰ ਆਗਰੇ ਤੋਂ ਹੁੰਦੇ ਹੋਏ ਮਥਰਾ ਪਹੁੰਚ ਗਏ। ਪੁਰਾਤਨ ਜਨਮ ਸਾਖੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਤਬ ਦੱਖਣ ਕੀ ਧਰਤੀ ਤੇ ਗੁਰੂ ਬਾਬਾ ਨਾਨਕ ਜੀ ਉੱਤਰ ਕੀ ਧਰਤੀ ਕੋ ਰਮ ਪੰਜ ਬਰਸ ਦੱਖਣ ਕੀ ਧਰਤੀ ਖੇਲੇ ਮਥਰਾ ਜਮਨਾ ਆਦ ਉਤਰੇ ਭਾਈ ਮਰਦਾਨਾ ਜੀ ਨੇ ਮਥਰਾ ਤੇ ਹੋਰ ਤੀਰਥਾਂ ਉਤੇ ਕਾਫੀ ਠਗੀਆਂ ਧੋਖੇ ਪਖੰਡ ਦੇਖੇ ਸਨ ਉਹਨਾਂ ਪੁੱਛ ਕੀਤੀ ਜੀ ਲੋਕੀ ਤੀਰਥਾਂ ਉਤੇ ਫਰੇਵ ਕਿਉਂ ਬਹੁਤਾ ਕਰਦੇ ਹਨ ਨਾਲ ਖੜੇ ਇੱਕ ਪਾਂਡੇ ਨੇ ਸੁਣ ਲਿਆ ਦੇ ਆਖਿਆ ਤੁਹਾਨੂੰ ਪਤਾ ਨਹੀਂ ਕਿ ਤੀਰਥਾਂ ਉੱਤੇ ਕਲਯੁਗ ਦਾ ਪਹਿਰਾ ਹੈ ਉਸ ਬ੍ਰਾਹਮਣ ਦੇ ਬਚਨ ਸੁਣ ਕੇ ਸਤਿਗੁਰੂ ਮੁਸਕਰਾਏ ਤੇ ਬਚਨ ਕੀਤਾ ਆਪਣੀਆਂ ਕਮਜ਼ੋਰੀਆਂ ਨੂੰ ਕਲਯੁਗ ਦੇ ਪਰਦੇ ਹੇਠ ਲੁਕਾਉਣਾ ਠੀਕ ਨਹੀਂ ਭਲਾ ਕਲਯੁਗ ਕਿੱਥੇ ਕਿਵੇਂ ਆ ਗਿਆ ਕਲਯੁਗ ਕਿਸੇ ਸਮੇਂ ਦਾ ਨਾਮ ਨਹੀਂ ਉਹ ਸੂਰਜ ਉਹ ਚੰਦ ਉਹ ਤਾਰੇ ਉਹ ਪਾਉਣ ਤੇ ਪਾਣੀ ਫੇਰ ਕਲਯੁਗ ਕਿਵੇਂ ਆ ਗਿਆ ਸਤਜੁਗ ਤ੍ਰੇਤੇ ਦਵਾਪਰ ਵੀ ਇਹੋ ਸੂਰਜ ਤੇ ਚੰਨ ਚੜਦੇ ਸਨ ਛੁੱਪਦੇ ਸਨ ਅਸਲ ਦੇ ਵਿੱਚ ਕਲਯੁਗ ਉਹ ਹੈ ਜਿੱਥੇ ਧਰਮ ਦਾ ਪ੍ਰਕਾਸ਼ ਨਹੀਂ ਹੋਇਆ ਜਿੱਥੇ ਕੋਈ ਸੱਚ ਬੋਲੇ ਤੇ ਗ੍ਰਫਤਾਰ ਕਰ ਲਿਆ ਜਾਵੇ ਕੈਦ ਕਰ ਲਿਆ ਜਾਵੇ ਭਲਾ ਜੇ ਤੀਰਥਾਂ ਤੇ ਸੱਚ ਨਹੀਂ ਵਰਤ ਰਿਆ ਤੇ ਹੋਰ ਸੰਸਾਰ ਤੋਂ ਕੀ ਆਸ ਕਰਾਂਗੇ ਪੰਡਤ ਜੀ ਇਹ ਸਮੁੱਚੇ ਤੀਰਥ ਕੇਵਲ ਵਪਾਰ ਦਾ ਕੇਂਦਰ ਬਣ ਗਏ ਹਨ ਇੱਥੇ ਕੇਵਲ ਝੂਠੋ ਝੂਠ ਵਰਤ ਰਿਹਾ ਇਹ ਬਚਨ ਸੁਣ ਕੇ ਪੰਡਤ ਛਪ ਕਰ ਗਿਆ ਸਮਝ ਗਿਆ ਇਹ ਕੋਈ ਜ਼ਾਹਰ ਪੀਰ ਹੈ ਸਤਿਗੁਰੂ ਜੀ ਮਥਰਾ ਦੇ ਨੇੜੇ ਬਿੰਦਰਾਬਨ ਪਹੁੰਚੇ ਜਿੱਥੇ ਦਵਾਪਰ ਦੇ અવਤਾਰ ਸ਼੍ਰੀ ਕ੍ਰਿਸ਼ਨ ਜੀ ਰਾਸ ਲੀਲਾ ਲਚਾਇਆ ਕਰਦੇ ਸਨ ਉੱਥੇ ਲੋਕੀ ਰਾਸਾਂ ਪਾਉਂਦੇ ਸਨ ਤੇ ਇਸੇ ਨੂੰ ਧਰਮ ਸਮਝਦੇ ਸਨ ਸਤਗੁਰਾਂ ਨੇ ਜੀਵਾਂ ਨੂੰ ਸਮਝਾਉਣਾ ਕੀਤਾ ਕਿ ਇਹ ਰਾਸ ਮਨੁੱਖ ਨੂੰ ਧਰਮ ਤੋਂ ਦੂਰ ਲੈ ਜਾਂਦੀ ਆ ਤੇ ਦੇਖਣ ਵਾਲਿਆਂ ਨੂੰ ਵੀ ਸਮਝਾਇਆ ਕਿ ਕੇਵਲ ਇਹ ਸਭ ਰੋਟੀਆਂ ਕਾਰਨ ਹੋ ਰਿਹਾ ਆਪਣਾ ਪੇਟ ਭਰਨ ਦੇ ਲਈ ਇਹ ਸਭ ਨਾਟਕ ਚੇਟਕ ਹੋ ਰਹੇ ਨੇ ਇਹਨਾਂ ਰਾਸਲੀਲਾ ਦੇ ਨਾਲ ਪਰਮਾਤਮਾ ਦੇ ਪ੍ਰਤੀ ਪਿਆਰ ਨਹੀਂ ਉਪਜਦਾ ਇਹ ਪਿਆਰ ਤਾਂ ਅੰਦਰ ਦੀ ਖੇਡ ਹੈ ਉਥੇ ਸਤਿਗੁਰਾਂ ਨੇ ਬਚਨ ਉਚਾਰਿਆ ਸੀ ਨਚਣ ਕੁੱਦਣ ਮਨ ਕਾ ਚਾਓ ਨਾਨਕ ਤਿਨ ਮਨ ਪਾਓ ਜਿਨਾ ਮਨ ਪਾਓ ਸਤਿਗੁਰ ਸਚੇ ਪਾਤਸ਼ਾਹ ਉਹਨਾ ਭੁਲਿਆਂ ਹੋਇਆਂ ਨੂੰ ਸੱਚ ਦਾ ਮਾਰਗ ਦਰਸਾਉਣ ਲਈ ਆਏ ਸਨ ਸਤਿਗੁਰਾਂ ਦੇ ਇਹ ਪਾਵਨ ਬਚਨ ਆਸਾ ਕੀ ਵਾਰ ਬਾਣੀ ਦੇ ਵਿੱਚ ਦਰਜ ਹਨ ਜੋ ਗੁਰੂ ਘਰਾਂ ਦੇ ਵਿੱਚ ਨਿਤ ਪ੍ਰਤੀ ਗੁਰੂ ਦੇ ਕੀਰਤਨੀਆਂ ਵੱਲੋਂ ਅੰਮ੍ਰਿਤ ਵੇਲੇ ਇਸ ਬਾਣੀ ਦਾ ਕੀਰਤਨ ਹੁੰਦਾ ਪਰਮਾਫ ਕਰਨਾ ਅੱਜ ਸਿੱਖਾਂ ਦੀ ਬਦਕਿਸਮਤੀ ਕਿ ਅਸਾਂ ਇਹ ਬਾਣੀ ਕੇਵਲ ਰਾਗੀਆਂ ਦੇ ਪੜਨ ਵਾਲੀ ਸਮਝ ਲਈ। ਨਾ ਅਸੀਂ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਸਕੇ, ਨਾ ਗੁਰੂ ਘਰ ਸਤਸੰਗ ਵਿੱਚ ਅੰਮ੍ਰਿਤ ਵੇਲੇ ਆ ਸਕੇ ਤੇ ਨਾ ਇਸ ਬਾਣੀ ਦਾ ਰਸ ਮਾਣ ਸਕੇ। ਬਾਣੀ ਦੀ ਇੱਕ ਇੱਕ ਪੰਕਤੀ ਇੱਕ ਇੱਕ ਅੱਖਰ ਜੋ ਤਿੰਨ ਕਾਲ ਸਤ ਹੈ ਤੇ ਸਦਾ ਮਨ ਦੇ ਭੁਲਾਵਿਆਂ ਨੂੰ ਭਲੇਖਿਆਂ ਨੂੰ ਦੂਰ ਕਰਨ ਵਿੱਚ ਸਮਰਤ ਦੋਹੇ ਕਰ ਜੋੜ ਬੇਨਤੀ ਕਰਾ ਜੇ ਹੋ ਸਕੇ ਤੇ ਪੰਜ ਬਾਣੀਆਂ ਦੇ ਨਿਤਨੇਮ ਦੇ ਨਾਲ ਕਿਤੇ ਆਸਾ ਕੀ ਵਾਰ ਦੀ ਸੰਪੂਰਨ ਬਾਣੀ ਦਾ ਵੀ ਨਿਤਨੇਮ ਦੇ ਰੂਪ ਵਿੱਚ ਜਾਪ ਕਰੀਏ ਜੀਵਨ ਵਿੱਚੋਂ ਕਈ ਪ੍ਰਕਾਰ ਦੇ ਭਲੇਖੇ ਮੁੱਕ ਜਾਣਗੇ ਇਹ ਕੇਵਲ ਰਾਗੀ ਸਿੰਘਾਂ ਦੇ ਪੜਨ ਦੀ ਬਾਣੀ ਨਹੀਂ ਮर्यादा ਦੇ ਵਿੱਚ ਇਹ ਬਾਣੀ ਨਿਤਾ ਪ੍ਰਤੀ ਗੁਰੂ ਘਰ ਦੇ ਵਿੱਚ ਗਾਇਨ ਕਰਨ ਦਾ ਹੁਕਮ ਹੈ ਪਾਓ ਇਸ ਬਾਣੀ ਦਾ ਕੋ ਮਹੱਤਵ ਹੈ ਸਤਗੁਰ ਕਿਰਪਾ ਕਰਨ ਬਾਣੀ ਤੇ ਬਾਣੇ ਦੇ ਧਨੀ ਹੁੰਦੇ ਆ ਕਿਤੇ ਅਸੀਂ ਇਸ ਰਸ ਨੂੰ ਮਾਣ ਸਕੀਏ ਇਹ ਉਹ ਖੇਡ ਹੈ ਜਿਹੜੀ ਮਨ ਦੇ ਚਾਅ ਨੂੰ ਪ੍ਰਗਟ ਕਰਦੀ ਹੈ ਸਤਗੁਰ ਕਿਰਪਾ ਕਰਨ ਹੋਈਆਂ ਭੁੱਲਾਂ ਬਖਸ਼ ਲੈਣੀਆਂ ਗੱਜਬਾਤ ਕੇ ਫਤਹਿ ਬਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ